ਮੋਗਾ ਪੁਲਿਸ ਨੇ ਕਤਲ ਮਾਮਲੇ ਦੀ ਗੁੱਥੀ ਸੁਲਝਾਈ। ਮ੍ਰਿਤਕ ਦੀ ਪ੍ਰੇਮਿਕਾ ਦੇ ਭੂਆ ਦੇ ਲੜਕੇ ਸਮੇਤ ਚਾਰ ਕਾਬੂ। ਜ਼ਿਲ੍ਹਾ ਮੋਗਾ ਦੇ ਪਿੰਡ ਘੋਲੀਆ ਦੀ ਨਹਿਰ 'ਤੇ ਹੋਏ ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਮੋਗਾ ਪੁਲਿਸ ਨੇ ਮ੍ਰਿਤਕ ਦੀ ਪ੍ਰੇਮਿਕਾ ਦੇ ਭੂਆ ਦੇ ਲੜਕੇ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। 12 ਜੂਨ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਘੋਲੀਆ ਦੀ ਨਹਿਰ ਤੋਂ ਬਠਿੰਡਾ ਦੇ ਇੱਕ ਵਿਕਾਸ ਨਾਮ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਵਿਕਾਸ ਕੁਮਾਰ ਦੇ ਕਿਸੇ ਲੜਕੀ ਨਾਲ ਸੰਬੰਧ ਸਨ ਅਤੇ ਉਹ ਸ਼ਾਦੀ ਤੋਂ ਬਾਅਦ ਵੀ ਆਪਣੀ ਪ੍ਰੇਮਿਕਾ ਨੂੰ ਮਿਲਦਾ ਰਹਿੰਦਾ ਸੀ, ਜਿਸ ਤੋਂ ਲੜਕੀ ਦੀ ਭੂਆ ਦਾ ਲੜਕਾ ਜਸਕਰਨ ਸਿੰਘ ਉਰਫ ਜੱਸਾ ਵਾਸੀ ਘੁੱਦਾ ਜ਼ਿਲ੍ਹਾ ਬਠਿੰਡਾ ਬੜਾ ਖਫਾ ਸੀ। ਜਸਕਰਨ ਸਿੰਘ ਨੇ ਆਪਣੀ ਮਾਸੀ ਦੇ ਲੜਕੇ ਅਤੇ 3 ਹੋਰ ਸਾਥੀਆਂ ਨਾਲ ਲੈ ਕੇ ਵਿਕਾਸ ਕੁਮਾਰ ਦਾ ਕਤਲ ਕਰਨ ਦੀ ਯੋਜਨਾ ਬਣਾਈ। ਜਸਕਰਨ ਸਿੰਘ ਪਹਿਲਾਂ ਵਿਕਾਸ ਕੁਮਾਰ ਨਾਲ ਦੋਸਤੀ ਕੀਤੀ, ਫਿਰ ਆਪਣੇ ਸਾਥੀਆਂ ਨਾਲ ਮਿਲ ਕੇ ਵਿਕਾਸ ਕੁਮਾਰ ਨੂੰ ਕਿਸੇ ਕੰਮ ਦੇ ਬਹਾਨੇ ਮੋਗਾ ਲੈ ਆਏ ਅਤੇ ਬਾਅਦ ਵਿੱਚ ਕੋਲੀਆ ਕਲਾਂ ਦੀ ਨਹਿਰ 'ਤੇ ਲਿਆ ਕੇ ਉਸਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਜਾਂਚ ਦੌਰਾਨ ਨਾਮਜ਼ਦ ਕੀਤੇ ਗਏ 5 ਵਿਅਕਤੀਆਂ ਵਿੱਚੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਤਲ ਦੌਰਾਨ ਵਰਤੇ ਗਏ ਹਥਿਆਰਾਂ ਸਮੇਤ ਮ੍ਰਿਤਕ ਦੀ ਕਾਰ ਵੀ ਬਰਾਮਦ ਕਰ ਲਈ ਗਈ ਹੈ। 4 ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ SPI ਮੋਗਾ ਵਜੀਰ ਸਿੰਘ ਨੇ ਦੱਸਿਆ ਕਿ ਵਿਕਾਸ ਕੁਮਾਰ ਦੇ 4 ਕਾਤਲ ਗ੍ਰਿਫਤਾਰ ਕਰ ਲਏ ਗਏ ਹਨ ਅਤੇ 5ਵੇਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੰਜਾਬ ਗਲੋਬਲ ਲਈ ਮੋਗਾ ਤੋਂ ਜੋਗਿੰਦਰ ਸਿੰਘ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 12/6/17 ਨੂੰ ਇੱਕ ਮਰਡਰ ਹੋਇਆ ਸੀ ਥਾਣਾ ਚਿੜਕ ਦੇ ਏਰੀਆ ਦੇ ਵਿੱਚ ਨਹਿਰ ਦੀ ਪਾਰਟੀ 'ਤੇ, ਔਰ ਬੜਾ ਹੀ ਬਰੂਟਲੀ ਮਰਡਰ ਕੀਤਾ ਗਿਆ ਸੀਗਾ। ਉਹਦੇ ਸੰਬੰਧ ਵਿੱਚ ਕੇਸ ਰਜਿਸਟਰ ਕਰਕੇ ਉਹਦੀ ਤਫਤੀਸ਼ ਬੜੀ ਡੂੰਘਾਈ ਨਾਲ ਕੀਤੀ ਗਈ, ਜਿਹਦੇ ਵਿੱਚ SHO ਚਿੜਕ ਅਤੇ CA ਸਟਾਫ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਔਰ ਇਹਨੂੰ ਟਰੇਸ ਕੀਤਾ ਗਿਆ। ਇਹਦੇ ਵਿੱਚ ਅਸੀਂ ਹੁਣ ਤੱਕ ਜਿਹੜੇ 4 ਬੰਦੇ ਅਰੈਸਟ ਕੀਤੇ ਆ, ਜਿਹਦੇ ਵਿੱਚ ਜਸਕਰਨ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਸਿੰਘ ਬੰਟੀ ਅਤੇ ਪੰਕਜ ਕੁਮਾਰ, ਇਹ ਅਰੈਸਟ ਹੋ ਚੁੱਕੇ। ਇੱਕ ਬੰਦਾ ਹਲੇ ਪਕੌੜਾ, ਸੰਦੀਪ ਸਿੰਘ, ਔਰ ਇਹਨਾਂ ਤੋਂ ਜਿਹੜੇ ਮਰਡਰ ਦੇ ਵਿੱਚ ਵਰਤੇ ਗਏ ਹਥਿਆਰ ਸੀ ਉਹ ਬਰਾਮਦ ਹੋ ਚੁੱਕੇ ਆ। ਪਲੱਸ ਜਿਹੜੇ ਮਰਨ ਵਾਲੇ ਦੀ ਕਾਰ, ਅਪੋਲੋ ਕਾਰ ਜਿਹੜੀ ਨਾਲ ਲੈ ਗਏ ਸੀਗੇ, ਉਹ ਵੀ ਬਰਾਮਦ ਹੋ ਚੁੱਕੀ ਹੈ। ਕੌਜ ਆਫ ਮਰਡਰ ਜਿਹੜਾ ਜਸਕਰਨ ਸਿੰਘ ਜੱਸਾ ਹੈਗਾ, ਇਹ ਘੁੱਦਾ ਪਿੰਡ ਦਾ ਰਹਿਣ ਵਾਲਾ, ਇਹਦੀ ਕੋਈ ਭੂਆ ਦੀ ਲੜਕੀ ਸੀ ਜਿਹਦੇ ਨਾਲ ਮਰਨ ਵਾਲੇ ਵਿਕਾਸ ਕੁਮਾਰ ਦੇ ਕੋਈ ਫਰੈਂਡਸ਼ਿਪ ਸੀ, ਜਿਹਦੇ ਕਰਕੇ ਇਹਨੇ ਪਲੈਨ ਕੀਤਾ ਸੀ ਕਿ ਇਹਨੂੰ ਇਹਦਾ ਮਰਡਰ ਕਰਨ ਦੇ ਬਾਰੇ, ਔਰ ਨਾਲ ਇਹਨੇ ਆਪਣੀ ਮਾਸੀ ਦਾ ਮੁੰਡਾ ਜਿਹੜਾ ਜਿਹਦਾ ਜਸਵਿੰਦਰ ਬੰਟੀ ਹੈ ਉਹਨੂੰ ਨਾਲ ਲਿਆ ਸੀ, ਔਰ ਪਲੱਸ ਇਹਨਾਂ ਦੇ 3 ਹੋਰ ਨਾਲ ਜਿਹੜੇ ਫਰੈਂਡ ਸੀਗੇ ਉਹਨਾਂ ਨੂੰ ਇਨਵੋਲਵ ਕਰਕੇ ਨਾਲ ਕਤਲ ਕੀਤਾ। ਬਠਿੰਡਾ ਸਿੰਘ ਮੋਗਾ ਇਸ ਤੋਂ ਬੁਲਾਇਆ ਗਿਆ ਤਾਂ ਜਾਂ ਨਹੀਂ ਗਿਆ? ਇਹ ਨਾਲ ਹੀ ਲੈ ਕੇ ਆਏ ਸੀ ਉੱਥੋਂ। ਐਕਚੁਲੀ ਇਹਨਾਂ ਨੇ ਪਹਿਲਾਂ ਇਹਦੇ ਨਾਲ ਲਿਹਾਜ਼ ਪਾ ਕੇ ਇਹਨੂੰ ਕੌਨਫੀਡੈਂਸ 'ਚ ਲੈ ਕੇ ਅਤੇ ਇਹਨੂੰ ਕਿਹਾ ਕਿ ਮੋਗੇ ਆਪਾਂ ਕਿਸੇ ਕੰਮ ਜਾ ਕੇ ਆਉਣਾ, ਉਹਨੂੰ ਨਾਲ ਉਹਦੀ ਕਾਰ ਦੇ ਵਿੱਚ ਲਿਆ ਕੇ ਇੱਥੇ ਲਿਆ ਕੇ ਇਹਨਾਂ ਮਰਡਰ ਕਰ ਦਿੱਤਾ। ਸਰ ਕਾਰ ਕਹਾਂ ਤੋਂ ਬਰਾਮਦ? ਇਹ ਵੀ ਇਹਨਾਂ ਨੂੰ ਅਰੈਸਟ ਕੀਤਾ ਗਿਆ ਪੰਕਜ, ਜਿਹੜਾ ਪੰਕਜ ਦੇ ਘਰ ਤੋਂ, ਔਰ ਉੱਥੋਂ ਹੀ ਨਾਲ ਹੀ ਕਾਰ ਵੀ ਉੱਥੇ ਹੀ ਸੀ ਨਾਲ।